ਹਾਂ ਜੀ, ਜੇ ਤੁਸੀਂ ਵੀ ਮਹਿੰਗੇ ਟੋਲ ਦੇ ਕੇ ਥੱਕ ਚੁੱਕੇ ਹੋ ਤਾਂ ਅੱਜ ਦੀ ਵੀਡੀਓ ਤੁਹਾਡੇ ਲਈ ਬਹੁਤ ਫਾਇਦੇਮੰਦ ਆ, ਕਿਉਂਕਿ ਅੱਜ ਆਪਾਂ ਇਸ ਵੀਡੀਓ ਵਿੱਚ ਗੱਲ ਕਰਾਂਗੇ ਕਿ ਟੋਲ ਟੈਕਸ ਤੋਂ ਕਿਵੇਂ ਬਚਿਆ ਜਾ ਸਕਦਾ। ਜਿਵੇਂ ਕਿ ਆਪਾਂ ਦੂਰ ਸਫ਼ਰ 'ਤੇ ਜਾਣਾ ਹੁੰਦਾ ਵਾ ਅਤੇ ਆਪਾਂ ਨੂੰ ਰਸਤੇ ਵਿੱਚ 2-3 ਟੋਲ ਪੈ ਜਾਂਦੇ ਨੇ, ਅਤੇ ਉਹ ਟੋਲ ਟੈਕਸ ਕਈ ਇੱਦਾਂ ਦੇ ਵੀ ਹੁੰਦੇ ਨੇ ਜਿਹਨਾਂ ਦਾ ਚਾਰਜਸ ਕਾਫ਼ੀ ਮਹਿੰਗੇ ਹੁੰਦੇ ਨੇ, ਅਤੇ ਅੱਜ ਆਪਾਂ ਵੀਡੀਓ ਵਿੱਚ ਤੁਹਾਨੂੰ ਇਹ ਦੱਸਾਂਗੇ ਕਿ ਆਪਾਂ ਟੋਲ ਟੈਕਸ ਤੋਂ ਕਿਵੇਂ ਬਚ ਕੇ ਜਾ ਸਕਦੇ ਹਾਂ ਅੱਗੇ। ਅਤੇ ਸ਼ੁਰੂ ਕਰਦੇ ਹਾਂ ਆਪਾਂ ਅੱਜ ਦੀ ਵੀਡੀਓ। ਸਵਾਗਤ ਆ ਤੁਹਾਡਾ ਸਾਰਿਆਂ ਦਾ ਮੇਰੇ ਚੈਨਲ ਜਗਰੋਤ ਸਿੰਘ ਵਲੌਗਸ 'ਤੇ। ਅੱਜ ਦੀ ਵੀਡੀਓ ਤੁਹਾਨੂੰ ਦੇਖ ਕੇ ਟੋਲ ਟੈਕਸ ਦਾ 1 ਵੀ ਰੁਪਈਆ ਨਹੀਂ ਦੇਣਾ ਪਊਗਾ, ਅਤੇ ਇਹ ਵੀਡੀਓ ਤੁਸੀਂ ਅੱਗੇ ਆਪਣੇ ਯਾਰਾਂ ਦੋਸਤਾਂ ਨਾਲ ਫੈਮਿਲੀ ਮੈਂਬਰ ਨਾਲ ਸ਼ੇਅਰ ਕਰ ਦਿਓ ਜਿਹੜੇ ਕਿ ਦੂਰ ਸਫ਼ਰ 'ਤੇ ਜਾਂਦੇ ਰਹਿੰਦੇ ਨੇ ਅਤੇ ਟੋਲ ਟੈਕਸ ਦਿੰਦੇ ਨੇ, ਅਤੇ ਅੱਜ ਦੀ ਵੀਡੀਓ ਉਹਨਾਂ ਲਈ ਬਹੁਤ ਫਾਇਦੇਮੰਦ ਹੋਊਗੀ। ਵੀਡੀਓ ਸਕਿੱਪ ਨਾ ਕਰਿਓ, ਲਾਸਟ ਤੱਕ ਦੇਖਿਓ, ਤੁਹਾਨੂੰ ਇਕੱਲਾ ਇਕੱਲਾ ਸਟੈਪ ਦੱਸਾਂਗੇ ਕਿ ਟੋਲ ਟੈਕਸ ਤੋਂ ਕਿਵੇਂ ਬਚਿਆ ਜਾ ਸਕਦਾ, ਅਤੇ ਇੰਨਾ ਆਪਾਂ ਨੂੰ ਸਫ਼ਰ ਮਹਿੰਗਾ ਨਹੀਂ ਪੈਂਦਾ ਜਿੰਨਾ ਆਪਾਂ ਨੂੰ ਟੋਲ ਟੈਕਸ ਮਹਿੰਗਾ ਪੈ ਜਾਂਦਾ। ਅਤੇ ਕਈ ਜਿਹੜੇ ਸੈਂਟਰ ਵਾਲੇ ਟੋਲ ਹੁੰਦੇ ਨੇ ਉਹ ਕਾਫ਼ੀ ਮਹਿੰਗੇ ਹੁੰਦੇ ਨੇ, ਅਤੇ ਆਪਾਂ ਤੁਹਾਨੂੰ ਇਹੀ ਦੱਸਦੇ ਹਾਂ ਸ਼ੋਰਟਕੱਟ ਤਰੀਕਾ ਟੋਲ ਟੈਕਸ ਤੋਂ ਬਚਣ ਦਾ। ਅਤੇ ਮੈਂ ਨਾਲ ਨਾਲ ਆਪਣੇ ਸਕਰੀਨ ਸ਼ੇਅਰ ਕਰਦਾ, ਤੁਸੀਂ ਦੇਖੀ ਜਾਓ ਸਾਰੇ ਸਟੈਪ ਕਿਵੇਂ ਫੋਲੋ ਕਰਨੇ ਆ ਅਤੇ ਕਿਵੇਂ ਟੋਲ ਟੈਕਸ ਤੋਂ ਬਚਿਆ ਜਾਂਦਾ। ਸਭ ਤੋਂ ਪਹਿਲਾਂ ਆਪਾਂ ਆਪਣੇ ਫੋਨ ਦੇ ਵਿੱਚ ਗੂਗਲ ਮੈਪਸ ਖੋਲ੍ਹ ਲੈਣੇ, ਜਿਵੇਂ ਕਿ ਆਪਾਂ ਮੈਪ ਲਾ ਕੇ ਜਾਂਦੇ ਹੁੰਦੇ ਹਾਂ ਕੋਈ ਵੀ ਲੋਕੇਸ਼ਨ ਦਾ, ਠੀਕ ਹੈ ਜੀ। ਅਤੇ ਗੂਗਲ ਮੈਪ ਆਪਾਂ ਖੋਲ੍ਹ ਲਿਆ ਅਤੇ ਆਪਾਂ ਆਪਣੀ ਲੋਕੇਸ਼ਨ ਭਰਨੀ ਜਿੱਥੇ ਵੀ ਆਪਾਂ ਜਾਣਾ। ਮੰਨ ਲਓ ਕਿ ਆਪਾਂ ਲੋਕੇਸ਼ਨ ਭਰਦੇ ਹਾਂ ਲੁਧਿਆਣਾ ਟੂ ਖਰੜ ਜਾਂ ਫਿਰ ਲੁਧਿਆਣਾ ਟੂ ਚੰਡੀਗੜ੍ਹ, ਆਪਾਂ ਨੂੰ ਰਸਤੇ ਵਿੱਚ 2 ਟੋਲ ਆਉਂਦੇ ਨੇ ਜਿਹੜੇ ਕਿ ਮਹਿੰਗੇ ਵੀ ਨੇ, ਅਤੇ ਆਪਾਂ ਲੁਧਿਆਣਾ ਟੂ ਚੰਡੀਗੜ੍ਹ ਲੋਕੇਸ਼ਨ ਭਰ ਲਈ ਅਤੇ ਆਪਣੇ ਮੈਪ ਦੇ ਵਿੱਚ ਆਪਾਂ ਨੂੰ 2 ਰਸਤੇ ਦਿਖਾਉਂਦਾ ਹੁੰਦਾ ਵਾ, ਇੱਕ ਤਾਂ ਨੇੜੇ ਵਾਲਾ ਇੱਕ ਦੂਰ ਵਾਲਾ, ਅਤੇ ਇੱਕ ਆਪਸ਼ਨ ਹੁੰਦੀ ਹੈ ਗੂਗਲ ਮੈਪਸ ਦੇ ਵਿੱਚ ਉੱਪਰ ਜਿਹੜੇ 3 ਡੋਟ ਲੱਗੇ ਹੋਏ ਨੇ, ਆਪਾਂ ਇੱਥੇ ਕਲਿੱਕ ਕਰ ਲੈਣਾ ਵਾ ਜਿੱਥੇ ਆਪਾਂ ਮੈਪ ਦੇ ਵਿੱਚ ਲੋਕੇਸ਼ਨ ਭਰਦੇ ਹਾਂ। ਜਿਵੇਂ ਆਪਾਂ ਲੁਧਿਆਣਾ ਟੂ ਚੰਡੀਗੜ੍ਹ ਭਰੀ ਹੋਈ ਆ, ਉਹਦੇ ਨਾਲ ਨਾ 3 ਡੋਟ ਬਣੇ ਹੋਣਗੇ, ਆਪਾਂ 3 ਡੋਟਸ 'ਤੇ ਕਲਿੱਕ ਕਰ ਲੈਣਾ। ਉਹਦੇ ਵਿੱਚ ਜਾ ਕੇ ਆਪਸ਼ਨ ਆਉਂਦੀ ਆ ਆਪਸ਼ਨਸ, ਆਪਸ਼ਨਸ ਤੋਂ ਬਾਅਦ 3 ਹੋਰ ਆਪਸ਼ਨਸ ਖੋਲ੍ਹੇ ਜਾਂਦੇ ਨੇ ਜਿਹਦੇ ਵਿੱਚ ਲਿਖਿਆ ਹੁੰਦਾ ਅਵੋਇਡ ਟੋਲ, ਅਵੋਇਡ ਮੋਟਰਵੇ, ਅਵੋਇਡ ਫੈਰੀਜ਼। ਆਪਾਂ ਅਵੋਇਡ ਟੋਲ 'ਤੇ ਕਲਿੱਕ ਕਰ ਲੈਣਾ ਵਾ। ਜਦੋਂ ਇਹ ਆਪਾਂ ਆਪਸ਼ਨ ਔਨ ਕਰ ਲਈ ਤਾਂ ਆਪਾਂ ਨੇ ਮੈਪ ਨੇ ਆਪਾਂ ਨੂੰ ਉਹੀ ਰਾਹ ਦਿਖਾਉਣਗੇ ਜਿਹਦੇ ਵਿੱਚ ਟੋਲ ਨਹੀਂ ਹੋਊਗਾ, ਅਤੇ ਹੁਣ ਆਪਾਂ ਨੂੰ ਦੂਸਰੀ ਸਾਈਡ ਤੋਂ ਲੈ ਕੇ ਜਾ ਰਿਹਾ ਵਾ ਗੂਗਲ ਮੈਪ ਵੀ ਜਿਹੜੇ ਰਾਹ ਦੇ ਵਿੱਚ ਟੋਲ ਟੈਕਸ ਨਹੀਂ ਆਊਗਾ। ਅਤੇ ਇਹ ਆ ਜੀ ਸਭ ਤੋਂ ਆਸਾਨ ਤਰੀਕਾ ਗੂਗਲ ਮੈਪਸ ਦੇ ਥਰੂ ਆਪਾਂ ਟੋਲ ਟੈਕਸ ਤੋਂ ਬਚ ਸਕਦੇ ਹਾਂ। ਆਪਾਂ ਨੂੰ ਬਸ ਇਹ ਆਪਸ਼ਨ ਔਨ ਕਰਨੀ ਪੈਣੀ ਆ ਅਵੋਇਡ ਟੋਲ ਵਾਲੀ, ਅਤੇ ਇਹ ਤੁਹਾਨੂੰ ਉਹੀ ਰਸਤੇ ਤੋਂ ਲੈ ਕੇ ਜਾਊਗਾ ਜਿੱਥੇ ਟੋਲ ਟੈਕਸ ਨਹੀਂ ਹੋਊਗਾ, ਟੋਲ ਬੈਰੀਅਰ ਨਹੀਂ ਹੋਊਗਾ। ਹੁਣ ਦੇਖੋ, ਪਹਿਲਾਂ ਆਪਾਂ ਨੂੰ 106 ਕਿਲੋਮੀਟਰ ਪੈ ਰਹੇ ਸੀ, ਜਦੋਂ ਆਪਾਂ ਇਹ ਆਪਸ਼ਨ ਔਨ ਕੀਤੀ ਤਾਂ ਆਪਾਂ ਨੂੰ 105 ਕਿਲੋਮੀਟਰ ਪੈ ਰਿਹਾ। ਮਤਲਬ ਕਿ ਕਿਲੋਮੀਟਰ ਚਾਹੇ ਘੱਟ ਜਾਣ ਚਾਹੇ ਵੱਧ ਜਾਣ, 4-5 ਕਿਲੋਮੀਟਰ ਦਾ ਫਰਕ ਹੁੰਦਾ, ਅਤੇ ਉਹ ਟੋਲ ਟੈਕਸ ਨਾਲੋਂ ਤਾਂ ਸਹੀ ਉਹ ਹੁੰਦਾ। ਜੇ ਆਪਾਂ 4-5 ਕਿਲੋਮੀਟਰ ਐਕਸਟਰਾ ਵੀ ਜਾਂਦੇ ਹਾਂ ਟੋਲ ਟੈਕਸ ਨਾਲੋਂ ਤਾਂ ਸਸਤਾ ਹੀ ਪੈਂਦਾ ਵਾ, ਅਤੇ ਇਹ ਰਾਹ ਆਪਾਂ ਜਾ ਕੇ ਆਪਣਾ ਟੋਲ ਟੈਕਸ ਵੀ ਬਚਾ ਸਕਦੇ ਹਾਂ। ਅਤੇ 1-2 ਕਿਲੋਮੀਟਰ ਅਗਰ ਵੱਧ ਵੀ ਪੈ ਜਾਣ ਤਾਂ ਕੋਈ ਵੀ ਚੱਕਰ ਨਹੀਂ, ਆਪਾਂ ਨੂੰ ਟੋਲ ਟੈਕਸ ਨਾਲੋਂ ਤਾਂ ਸਸਤਾ ਹੀ ਪੈਂਦਾ ਵਾ। ਅਤੇ ਜਿਵੇਂ ਇਹਨਾਂ ਨੇ ਹੁਣ ਆਪਸ਼ਨ ਔਨ ਕਰੇ ਅਤੇ 2 ਰਾਹ ਦਿਖਾਤੇ ਵਿਦਆਊਟ ਟੋਲ ਟੈਕਸ ਵਾਲਾ, ਸੋ ਆਪਾਂ ਹੁਣ ਇਹ ਰਾਹ ਜਾਵਾਂਗੇ ਅਤੇ ਆਪਾਂ ਨੂੰ ਬਿਨਾਂ ਟੋਲ ਦਿੱਤੇ ਆਪਾਂ ਆਪਣੀ ਮੰਜ਼ਿਲ 'ਤੇ ਪਹੁੰਚ ਸਕਦੇ ਹਾਂ। ਸੋ ਇਹ ਸੀਗੀ ਜੀ ਆਪਣੀ ਅੱਜ ਦੀ ਵੀਡੀਓ। ਵਧੀਆ ਲੱਗੀ ਹੋਈ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਅਤੇ ਸ਼ੇਅਰ ਕਰਿਓ ਅੱਗੇ ਵੱਧ ਤੋਂ ਵੱਧ ਜਿਹੜੇ ਕਿ ਰੋਜ਼ ਨਵੇਂ ਸਫ਼ਰਾਂ 'ਤੇ ਜਾਂਦੇ ਨੇ, ਅਤੇ ਉਹਨਾਂ ਨੂੰ ਟੋਲ ਟੈਕਸ ਦੇਣ ਦੀ ਲੋੜ ਨਹੀਂ ਪਊਗੀ ਜੇ ਉਹਨਾਂ ਨੇ ਆਹ ਆਪਸ਼ਨ ਔਨ ਕੀਤੀ ਹੋਊਗੀ ਅਵੋਇਡ ਟੋਲ ਵਾਲੀ। ਅਤੇ ਮਿਲਦੇ ਹਾਂ ਜੀ ਤੁਹਾਨੂੰ ਇੱਦਾਂ ਹੀ ਵਧੀਆ ਵਧੀਆ ਵੀਡੀਓ ਦੇ ਵਿੱਚ। ਵੀਡੀਓ ਨੂੰ ਦੱਬ ਕੇ ਲਾਈਕ ਕਰਿਓ, ਸ਼ੇਅਰ ਕਰਿਓ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ।